ਮੁਕਤਸਰ ਸਾਹਿਬ ਸ਼ਹਿਰ ਦੇ ਮਿੰਨੀ ਸਕੱਤਰੇਤ ਮੋਹਰੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਸਿਟੀ ਵੱਲੋਂ ਮੰਗਲਵਾਰ ਨੂੰ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੰਗਾਂ ਨੂੰ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਖਿਲਾਫ਼ ਭੜਾਸ ਕੱਢੀ ਗਈ। ਇਸ ਦੌਰਾਨ ਆਂਗਣਵਾੜੀ ਮੁਲਾਜ਼ਮਾਂ ਨੂੰ ਫਰੰਟ ਲਾਈਨ ਵਰਕਰ ਐਲਾਨੇ ਜਾਣ, 3 ਤੋਂ 6 ਸਾਲ ਤੱਕ ਦੇ ਬੱਚੇ ਦੁਬਾਰਾ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ, ਕੱਟਿਆ ਗਿਆ ਮਾਣ ਭੱਤਾ ਬਹਾਲ ਕਰਨ ਸਮੇਤ ਹੋਰ ਮੰਗਾਂ ਨੂੰ ਪੂਰਾ ਕਰਨ ਦੀ ਗੱਲ ਕਹੀ। ਨਾਲ ਹੀ ਕੇਂਦਰ ਸਰਕਾਰ ਤੋਂ ਛੇਤੀ ਰੈਗੂਲਰ ਕਰਨ ਤੇ ਮੰਗਾਂ ਵੱਲ ਧਿਆਨ ਦੇਣ ਦੀ ਗੱਲ ਤੇ ਜ਼ੋਰ ਦਿੱਤਾ। ਪ੍ਰਦਰਸ਼ਨ ਮਗਰੋਂ ਨਾਇਬ ਤਹਿਸੀਲਦਾਰ ਕਮਲਦੀਪ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਜੀ, ਆਲ ਪੰਜਾਬ ਦਾ ਪ੍ਰੋਗਰਾਮ ਹੈ, ਜਿਹਦੇ ਵਿੱਚ ਸੀਟੂ ਯੂਨੀਅਨ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਜਿਹੜਾ ਜਾਰੀ ਕੀਤਾ ਹੋਇਆ, ਜਿਹਦੇ ਵਿੱਚ ਕਿ ਸਾਡੇ 75 ਦਿਨ ਤੋਂ ਲਗਾਤਾਰ ਆਂਗਣਵਾੜੀ ਵਰਕਰ ਹੈਲਪਰ ਸੰਗਰੂਰ ਬੈਠੇ ਹੋਏ ਨੇ ਅਤੇ ਦੀਨਾਨਗਰ ਸਾਡਾ 50 ਦਿਨ ਤੋਂ ਲਗਾਤਾਰ ਧਰਨਾ ਚੱਲ ਰਿਹਾ ਦਿਨ ਰਾਤ ਦਾ। ਅਤੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਆਪਣਾ ਕਰ ਰਹੇ ਹਾਂ ਪ੍ਰੋਗਰਾਮ ਜਥੇਬੰਦੀ ਵੱਲੋਂ, ਜਿਹਦੇ ਵਿੱਚ ਕਿ ਸਾਡੀਆਂ ਮੇਨ ਮੰਗਾਂ ਹੈਗੀਆਂ 3 ਤੋਂ 6 ਸਾਲ ਦੇ ਬੱਚੇ ਜਿਹੜੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਵਾਪਸ ਕੀਤੇ ਜਾਣ, ਕੱਟਿਆ ਹੋਇਆ ਮਾਣ ਭੱਤਾ ਸਾਡਾ ਬਹਾਲ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਨੂੰ ਰੈਗੂਲਰ ਕੀਤਾ ਜਾਵੇ, ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਇੱਕ ਪੋਸ਼ਣ ਵਾਟਿਕਾ ਬਣਾਉਣ ਨੂੰ ਸਰਕਾਰ ਨੇ ਸਾਨੂੰ ਕਿਹਾ, ਜਿਹਦੇ ਵਿੱਚ ਕਿ ਕਿਚਨ ਗਾਰਡਨ ਬਣਨੇ ਆ। ਇਹਨਾਂ ਚੀਜ਼ਾਂ ਦਾ ਅਸੀਂ ਬਾਈਕਾਟ ਕਰਦੇ ਹਾਂ ਅਤੇ ਅੱਜ ਅਸੀਂ ਆਪਣੇ ਮੰਗ ਪੱਤਰ ਦੇ ਨਾਲ ਜਿਹੜੇ ਬੀਜ ਵੀ ਸਰਕਾਰ ਵੱਲੋਂ ਆਏ ਗਏ ਸੀ ਉਹ ਅਸੀਂ ਵਾਪਸ ਕੀਤੇ ਆ ਅਤੇ ਸਾਡਾ ਇਸ ਚੀਜ਼ ਦਾ ਬਾਈਕਾਟ ਹੈ। ਫਰੰਟ ਲਾਈਨ ਸਾਨੂੰ ਵਰਕਰ ਮੰਨਿਆ ਜਾਵੇ, ਕਰੋਨਾ ਦੀਆਂ ਡਿਊਟੀਆਂ ਸਾਡੇ ਤੋਂ ਲਈਆਂ ਜਾ ਰਹੀਆਂ ਪਰ ਅੱਜ ਤੱਕ ਸਾਨੂੰ ਨਾ ਕੋਈ ਮਾਸਕ, ਨਾ ਸੈਨੇਟਾਈਜ਼ਰ, ਨਾ ਗਲਵਸ, ਨਾ ਕੋਈ ਵਿਟਾਮਿਨ ਸੀ ਦੀਆਂ ਗੋਲੀਆਂ, ਨਾ ਪੈਰਾਸਟਾਮੋਲ ਅਤੇ ਨਾ ਹੀ ਸਾਨੂੰ ਕੋਈ ਹੋਰ ਇਨਸੈਂਟਿਵ ਵਗੈਰਾ ਕੁਛ ਨਹੀਂ ਦਿੱਤਾ ਜਾ ਰਿਹਾ ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ, ਨਹੀਂ ਤਾਂ ਸੰਘਰਸ਼ ਅਸੀਂ ਇਸ ਤੋਂ ਵੀ ਤੇਜ਼ ਕਰਾਂਗੇ। ਭਾਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਸ਼ੁਰੂ। ਪਿਓਰ ਵਾਟਰ ਹੈਲਥੀ ਲਾਈਫ NGO ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ। ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋਂ ਮਜਾਰਾ ਰਾਣੂਆ ਤੋਂ ਸ਼ੁਰੂ। NRI ਤੇ ਦਾਨੀ ਸੱਜਣਾਂ ਨੂੰ ਅਪੀਲ ਕਿ ਆਓ ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਬਿਮਾਰੀਆਂ ਜਿਵੇਂ ਟਾਈਫਾਈਡ, ਪੇਟ ਗੈਸ, ਪੀਲੀਆ, ਜੋੜਾਂ ਦਾ ਦਰਦ, ਕਬਜ਼, ਬੁਖਾਰ ਤੇ ਕੈਂਸਰ ਤੋਂ ਬਚਾਈਏ। ਸਲਾਹ ਤੇ ਸਹਿਯੋਗ ਕਰਨ ਲਈ ਸੰਪਰਕ ਨੰਬਰ ਪਰਮਜੀਤ ਸਿੰਘ ਰਾਣਾ ਪੰਜਾਬ 70098070 83 ਅਤੇ ਰਘੁਵੀਰ ਸਿੰਘ ਆਸਟ੍ਰੇਲੀਆ 042 67 59 463।